ਵਰਤਮਾਨ ਸਮੇਂ ਆਪਣੀ ਨਿੱਜ ਪਰਸਤੀ ਦੀ ਬਿਮਾਰੀ ਦੀ ਪੀੜਤ ਤੇ ਅਣਖੀਲੇ ਪੰਜਾਬ ਵਾਸੀਆਂ ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਅੱਜ ਅਸੀਂ ਨਿੱਜ ਪਰਸਤੀ ਤੇ ਬਿਮਾਰ ਮਾਨਸਿਕਤਾ ਕਾਰਨ ਆਪੋ ਆਪਣੀ ਡਫਲੀ ਵਜਾ ਕੇ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਾਂ। ਇਸ ਕਾਰਨ ਪੰਜਾਬ ਦੀ ਰਾਜਨੀਤੀ ਦਾ ਮੰਦਾ ਹਾਲ ਹੈ, ਜਿਸ ਦਾ ਖਾਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾਜਨਕ ਹੈ। ਅਸੀਂ ਰਾਜਨੀਤੀ ਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਿਆਂ ਬਹੁਤ ਮਹੱਤਵਪੂਰਨ ਅਪੀਲ ਕਰਦੇ ਹਾਂ। ਵਰਤਮਾਨ ਸਮੇਂ 19 ਮਈ ਦਿਨ ਐਤਵਾਰ ਪੰਜਾਬ ਦੀ ਹੋਣੀ ਦਾ ਫੈਸਲਾ ਲਿਆ ਜਾਵੇਗਾ, ਜਿਸ ਵਿੱਚ ਇਨਸਾਫ਼ ਪਸੰਦ ਵੋਟਰ ਨੂੰ ਸਹੀ ਨਿਰਣੇ ਕਰਨ ਦਾ ਸੁਨਹਿਰੀ ਇਤਿਹਾਸਕ ਮੌਕਾ ਮਿਲਣਾ ਹੈ। ਉਹ ਹੈ ਵੋਟ ਦੇ ਸਹੀ ਅਧਿਕਾਰ ਦਾ ਇਸਤੇਮਾਲ ਕਰਨਾ। ਅਸੀਂ ਪੰਜਾਬ ਨਿਵਾਸੀਆਂ ਨੂੰ ਕਹਿੰਦੇ ਹਾਂ ਕਿ ਦੁਸ਼ਮਣ ਜਮਾਤਾਂ ਕਾਂਗਰਸ ਤੇ ਭਾਜਪਾ ਅਤੇ ਬਾਦਲਕਿਆਂ ਨੂੰ ਪੰਜਾਬ ਦੀ ਰਾਜਨੀਤੀ ਤੋਂ ਪਾਸੇ ਕਰਦਿਆਂ ਕਿਸੇ ਵੀ ਜਿੱਤਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ। ਬੀਬੀ ਪਰਮਜੀਤ ਕੌਰ ਖਾਲੜਾ, ਸਰਦਾਰ ਸੁਖਪਾਲ ਸਿੰਘ ਖਹਿਰਾ, ਸਰਦਾਰ ਸਿਮਰਜੀਤ ਸਿੰਘ ਬੈਂਸ, ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਡਾਕਟਰ ਧਰਮਵੀਰ ਗਾਂਧੀ, ਜਸਰਾਜ ਜੱਸੀ, ਮਾਸਟਰ ਬਲਦੇਵ ਜੋ ਖਡੂਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਫਰੀਦਕੋਟ ਤੋਂ ਪਾਰਲੀਮੈਂਟ ਵਿੱਚ ਭੇਜਣ ਦਾ ਫੈਸਲਾ ਤੁਰੰਤ ਕਰਕੇ ਅਤੇ ਬਾਕੀ ਥਾਵਾਂ ਤੇ ਨੋਟਾ ਦਾ ਬਟਨ ਦੱਬ ਕੇ ਸਾਰੇ ਉਮੀਦਵਾਰ ਰੱਦ ਕਰਦਿਆਂ ਕਾਂਗਰਸ ਤੇ ਭਾਜਪਾ ਨੂੰ ਅਤੇ ਬਾਦਲਕਿਆਂ ਦਾ ਲੱਕ ਭੰਨਣ 'ਚ ਹਿੱਸਾ ਪਾਓ। ਵੱਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ।